ਖਿੱਚ ਕੇ ਦੇਵਾਂਗੇ ਆਪਾਂ ਵਰਿੰਦਰ ਦੀ ਆਖਿਆ ਝੂਟੇ ਲੈਣੇ ਜਲਦੀ ਨਾਲ ਮੀਰਪੁਰ ਦੀ ਟੀਮ ਆ ਗਈ ਮੀਰਪੁਰ ਦੀ ਟੀਮ ਇੱਕ ਨੰਬਰ ਰਾਉਂਡ ਦੋ ਘੰਟੇ 41 ਮਿੰਟ ਦਾ ਆਇਆ ਸੀ ਉੱਪਰ ਕਮੈਂਟ ਹਾਂ ਠੀਕ ਆ ਠੀਕ ਆ ਹਾਂ ਠੀਕ ਆ ਠੀਕ ਆ ਵੀਰੇ ਮਨ ਆਨੰਦ ਚਾਰ ਘੰਟੇ ਲੈਂਦਾ ਇਹ ਜਿਹੜਾ ਉਹ ਫੈਨ ਕਿਵੇਂ ਆਪਾਂ ਨੂੰ ਵਰਿੰਦਰ ਇਹ ਪਹਿਲੇ ਕਮੈਂਟ ਕਰ ਦਿੰਦਾ ਜਿਹੜੇ ਸ਼ੇਅਰ ਸ਼ੂਰ ਵੱਧ ਕਰਦੇ ਆ ਪਤਾ ਲੱਗਦਾ ਰੋਜ਼ ਦੇਖਦੇ ਉੱਪਰ ਲਿਖਿਆ ਹੁੰਦਾ ਟੌਪ ਫੈਨ ਅੱਛਾ ਆ ਪਿਆ ਜਾਂਦਾ ਆ ਪਿਆ ਜਾਂਦਾ ਹਾਂ ਜਿੱਥੇ ਉਹ ਸ਼ੇਅਰ ਲਿਖਿਆ ਉੱਥੇ ਟੌਪ 'ਤੇ ਹੀਰੇ ਦੀ ਨਿਸ਼ਾਨੀ ਨਹੀਂ ਹੁੰਦੀ ਨਾ ਤੂੰ ਤਾਂ ਨਹੀਂ ਇੱਧਰ ਕੁਛ ਕਰਦਾ ਆਪੇ ਨਾ ਨਾ ਆਪੀ ਆਪੀ ਜਿਹੜੇ ਸ਼ੇਅਰ ਸ਼ੂਰ ਕਰਦੇ ਨੇ ਰੋਜ਼ ਦੇਖ ਰਹੇ ਆ ਲਾਈਵ ਆਪੀ ਟੌਪ ਫੈਨ ਬਣ ਜਾਂਦੇ ਠੀਕ ਆ ਸੈਟਿੰਗ ਨੇ ਹੋਣੀ ਵੀਰੇ ਬਈ ਹਰ ਗਈ ਮੈਨੂੰ ਕਿਹੜਾ ਵਾ ਸਾਹਮਣੇ ਵਾਲੀ ਚੈਨੇ ਵਾਲੀ ਕਰੋੜਾ ਜੇ ਬਲੋਟ ਹਰ ਗਈ ਸੀ ਚੈਨੇ ਵਾਲ ਤੋਂ ਹਰ ਗਈ ਸੀ ਬਲੋਟ ਅਭਿਸ਼ੇਕ ਅਭਿਸ਼ੇਕ ਕੈਸਾ ਹੈ 5-0 ਹੋ ਗਏ ਬਰੂ ਵਾਲੀ ਹਰ ਗਈ ਸੀ ਵੀਰੇ ਰਾਏ ਸਾਹਿਬ ਤੋਂ ਹਰ ਗਈ ਸੀ ਬਰੂ ਵਾਲੀ
ਰਣਜੀਤ ਵੀਰੇ ਬਲੋਟ ਕੀ ਬਈ ਪੋਜੀਸ਼ਨ ਨਹੀਂ ਆਈ ਕੁਆਟਰ ਹਾਰ ਗਈ ਸੀ ਬਲੋਟ ਬਲੋਟ ਚੈਨਲ ਤੋਂ ਹਾਰ ਗਏ ਵੀਰੇ 6-10 ਕਿੰਨੇ ਹੋ ਗਏ ਯਾਰ ਕਿੰਨੇ ਕਿੰਨੇ ਪੁਆਇੰਟ ਆ 6-0 ਇੱਥੇ ਲੱਗ ਗਏ 6 ਆਹ ਇਨਸ਼ਾਅੱਲਾ ਮਿੱਤਰ ਸਾਡਾ ਵਾਹ ਜੀ ਵਾਹ ਮਾਣ ਕਰਦੇ ਪਾਰਸ ਵਰਗੇ ਸਚਿਨ ਵਰਗੇ ਵੀਰ ਪਹਿਲਾਂ ਦੱਸਿਆ ਵੀ ਇਨਸ਼ਾਅੱਲਾ ਆਇਆ ਕੁਝ ਵੀ ਕਰ ਸਕਦਾ 6 ਨੰਬਰ ਇਧਰਲੇ ਪਾਸੇ ਰੂੜੀਆਂ ਵੀ ਦੇ ਔਰ ਇੱਧਰ ਹਾਲੇ ਚੈਨਲ ਦਾ ਖਾਤਾ ਜਿਹੜਾ ਨਹੀਂ ਖੋਲਿਆ ਇਹ ਵੀ ਇਨਸ਼ਾਅੱਲਾ ਨੰਬਰ 2-4 ਦੇ ਹੋਰ ਜੋੜ ਗਿਆ ਨਾ ਮਿੱਤਰਾ ਤੇ ਕਹਾਣੀ ਹੈ ਜਿਹੜੀ ਸਿਰੇ ਲੱਗ ਜਾਣੀ ਉਹ ਗੱਲ ਪੱਕੀ ਹੈ ਇੱਧਰ ਬਾਈ ਜੀ ਪਹਿਲਾਂ ਕਹਿ ਰਹੇ ਸੀਗੇ ਵੀ ਉਹ ਕੁਝ ਵੀ ਕਰ ਸਕਦਾ ਵੀਰਪੁਰ ਦੀ ਟੀਮ ਆ ਗਈ ਹੈ ਧੰਨਵਾਦ ਹੈ ਰਾਜਸਰ ਵਾਲੇ ਕਿੱਥੇ ਜੀ ਵਰਿੰਦਰ ਕਹਿ ਮੁੰਡਿਆਂ ਨੂੰ ਰਾਜਸਰ ਦੀ ਟੀਮ ਆ ਗਏ ਹੈਲੋ ਵੀਰਪੁਰ ਦੀ ਟੀਮ ਆ ਗਈ ਹੈ ਰਾਜਸਰ ਵਾਲੇ ਆ ਜਾਣ ਦੂਜਾ ਸੈਣੀ ਹੈ ਸ਼ੁਰੂਆਤ ਕਰਨੀ ਹੈ ਰਾਜਸਰ ਵਾਲੀ ਟੀਮ ਸਾਡੇ ਆ ਜਾਣ ਟੂਰਨਾਮੈਂਟ ਵੀਰਪੁਰ ਵਾਲੇ ਆ ਗਏ ਆ ਜਲਦੀ ਨਾਲ ਰਾਜਸਰ ਦੀ ਟੀਮ ਦੱਸੇ ਦੱਸੇ ਜੱਸਾ ਨੰਦਗੜ੍ਹ ਵਾਲੇ ਵੀ ਆਏ ਵੀਰੇ ਬਹੁਤ ਖਿੱਚ ਰਿਹਾ ਜੀ ਰਾਮ ਰਾਮ ਜੀ ਰਾਮ ਰਾਮ ਸਹੀ ਖੇਡਾਂ
0.7 ਨੇ ਵੀਰੇ, 10,000 ਦਾ 0 ਵੀਰੇ, ਟੋਟਲ 7 ਨੇ। ਰਾਜਸਰ ਦੀ ਟੀਮ ਕਿੱਥੇ ਹੈ ਜੀ? ਬਾਕੀ ਸਹੀ ਗੱਲ ਆ, ਵਰਿੰਦਰ ਕਹਿ ਰਿਹਾ ਭਰਾ ਸਾਡਾ ਵੀ ਆ ਜਾਓ ਮਿੱਤਰੋ, ਵਰਿੰਦਰ ਵੀਰ ਸਾਡਾ ਖੜਾ ਗਰਾਊਂਡ 'ਚ, ਭਰਾ ਕਹਿੰਦਾ ਵੀ ਸੂਰਜ ਤੋਂ ਪਹਿਲਾਂ ਜੇ ਫਾਈਨਲ ਹੋ ਗਿਆ ਤੇ ਬਾਹਰ ਵੀ ਤਗੜੇ ਹਾਂ ਆਪਾਂ। ਮੇਰੀ ਬੇਨਤੀ ਆ ਰਾਜਸਰ ਦੇ ਰਹਿੰਦੇ ਸਾਰੀ ਆ ਜਾਣ, ਵਰਿੰਦਰ ਤਿਆਰ ਹੈ ਬਾਈ ਸਾਡਾ, ਕਹਿੰਦਾ ਨਾਲ ਦੋ ਵੀ ਮਾਰੀਏ ਆਵਾਜ਼ ਆਪਾਂ। ਔਰ ਮੀਰਪੁਰ ਦੀ ਟੀਮ ਗਰਾਊਂਡ 'ਚ ਆ ਗਈ ਹੈ, ਆਲ ਉੱਪਰ ਦਾ ਮੇਲਾ ਜ਼ਰੂਰ ਖੇਡੇ ਮੁੰਡੇ ਸਹਿਮੀ ਜਾ ਗਏ ਹੈ, ਸਭ ਤੋਂ ਵੱਡੀ ਅਚੀਵਮੈਂਟ ਤੇ ਹਾਸਲ ਕਰ ਲਈ ਹੈ ਸੀ ਪਿਆਰ, ਆ ਜਿੱਤ ਹਾਰ ਬਾਹਰ ਦੀਆਂ ਗੱਲਾਂ। ਬੂ ਸਪਰੇ ਹੈ ਹੀ ਉੱਥੇ ਸੀ, ਵਰਿੰਦਰ ਕਿੱਧਰ ਗਈ? ਆ ਬੈਗ ਚ ਵਰਿੰਦਰ ਦੇ ਕਿੱਧਰ ਕੋਈ ਹੈ ਕਿੱਟ ਕਰ। ਰਾਜਸਰ ਵਾਲੇ ਆਓ ਜਲਦੀ ਵਾਲੇ, ਇੱਕ ਨੰਬਰ ਦੇ ਰਾਜਸਰ ਦੀ ਟੀਮ ਆ ਜਾਓ ਮੇਰੇ। ਫਾਈਨਲ ਨਹੀਂ ਹੈਗਾ ਵੀਰੇ, ਸੈਮੀ ਫਾਈਨਲ ਮੈਚ ਹੋ ਰਿਹਾ ਇਹ, ਪਹਿਲਾ ਦੂਜਾ ਮੀਰ ਕਲਾਂ ਦੇ ਰਾਜਸਰ ਦਾ ਮੈਚ ਆ। ਬਲੋਟ ਚੈਨੇ ਵਾਲੇ ਤੇ ਹਾਰ ਗਏ ਸੀ, ਜਸਾਂ ਆਨੰਦ ਗਿਆ ਵੀ ਰਾਜਸਰ ਚ ਖੇਡ ਰਿਹਾ, ਬਹੁਤ ਫਿੱਟ ਹੋ ਗਿਆ। ਮੇਰੀ ਗੱਲ ਤਾਂ ਸੁਣ ਲੈ, ਇੱਕ ਤਾਂ ਸੁਣ ਲੈ, ਕਰਦੀ ਫਤਿਹ ਸਾਂਝੀ ਕਰਦੀ, ਚੰਗਾ ਥੋੜ੍ਹੀ ਜਿਹੀ ਕਰਦੀ। ਸੱਤਾ ਬਾਈ ਰਾਜਸਰ ਤੋਂ ਹਰ ਗਿਆ ਸੀ, ਸੱਤਾ ਰਾਜਸਰ ਤੋਂ ਹਰ ਗਿਆ, ਸੱਤਾ ਰਾਜਸਰ ਤੋਂ ਹਰ ਗਿਆ ਸੀ। ਰੋਲ ਮੀਰਪੁਰ ਖੇਡ ਰਿਹਾ ਵੀਰੇ ਸੈਮੀ 'ਚ, ਰਾਜਸਰ ਨਾਲ ਮੈਚ ਉਹਦਾ, ਇੱਕ ਨੰਬਰ ਗਰਾਊਂਡ 'ਤੇ। ਪਹਿਲੀ ਨੰਬਰ ਅਸੀਂ 9 ਤੇ 2, ਵਾਹ ਜੀ ਵਾਹ, 9 ਤੇ 9, ਹਾਂਜੀ ਉਧਰ 9 ਇਧਰ 9। ਰਾਜਸਰ ਵਾਲੇ ਆ ਜਾਓ ਮੇਰੇ ਭਰਾ, ਆਪਣਾ ਹੀ ਫਾਇਦਾ ਵੀਰ ਜੀ, ਬਹੁਤ ਦੂਰ ਜਾਣਾ ਆਪਾਂ ਸਾਰਿਆਂ ਨੇ, ਆ ਜਾਓ ਮੇਰੇ ਵੀਰ ਜਲਦੀ ਦੇ ਨਾਲ, ਕਰੈਟਰੀ ਲਾਈਏ, ਕਿਹਨੂੰ ਲਾਉਣਾ ਦੱਸੇ, ਦੱਸ ਕਿਹਨੂੰ ਲਾਈਏ ਰੈਫਰੀ? ਮਨਿੰਦਰ ਤਾਂ ਜੀ ਲੱਗਣ ਹਟ ਗਿਆ, ਚੈਨੇ ਵਾਲੇ ਜਿਹਨਾਂ ਨੇ ਮੇਰੇ 0.0 ਨੇ ਆਪਣੇ ਚੈਨੇ ਵਾਲੇ ਦੇ।
ਵੀਰੇ ਸੱਤਾ ਸੱਤੇ ਨਾਲ ਕਿਸੇ ਨਾਲ ਕਨਾਲ ਸੀ ਸੱਤੇ ਨਾਲ ਸੀ ਸਨੀ ਸੀ ਰਾਜਵਿੰਦਰ ਕਿੱਥੇ ਜੀ ਚੈਣੇ ਵਾਲੀਆਂ ਫੋਨ ਚੱਕੇ ਰਜਿੰਦਰ ਫੋਨ ਕਰ ਰਿਹਾ ਤੇ ਜਿੱਥੇ ਆਵਾਜ਼ ਸੁਣਨਾ ਜ਼ਰੂਰੀ ਹੈ ਬਾਈ ਕਹਿੰਦਾ ਰਾਜਵਿੰਦਰ ਫੋਨ ਚੱਕ ਲਏ ਮੇਰਾ ਵੀਰ ਨਜਿੰਦਰ ਦਾ ਜੀ ਨਹੀਂ ਲੱਗਦਾ ਜਿੱਥੇ ਵੀ ਆਵਾਜ਼ ਨੂੰ ਸੁਣਦਾ ਫੋਨ ਦਾ ਜ਼ਰੂਰ ਅਟੈਂਡ ਕਰ ਲਵੇ ਬੇਨਤੀ ਹੈ ਨਾਲ ਦੇ ਜੀਰੋ ਸਾਈਡਾਂ ਦੇਣ ਦੇ ਰਾਜਸਰ ਵਾਲੇ ਰਹਿੰਦੇ ਖਿਲਾਰੀ ਜਲਦੀ ਨਾਲ ਗਰਾਊਂਡ 'ਚ ਆ ਜਾਣ ਇੱਕ ਰੈਫਰੀ ਲਾ ਲਈਏ ਇੱਕ ਨੰਬਰ 'ਚ ਆਪਾਂ ਇਹ ਦੂਜਾ ਸਹਿਮੀ ਆ ਮੀਰਪੁਰ ਦੇ ਰਾਜਸਰ ਚਲਾਈਏ ਮੈਚ ਆਪਾਂ ਹੱਥ ਬੰਨ ਕੇ ਮੇਰੀ ਬੇਨਤੀ ਹੈ ਰਾਜਸਰ ਵਾਲੇ ਮੁੰਡੇ ਆਉਣ ਮੀਰਪੁਰ ਦੀ ਟੀਮ ਗਰਾਊਂਡ 'ਚ ਹੈ ਜਲਦੀ ਦੇ ਨਾਲ ਆ ਜਾਣ ਰੈਫਰੀ ਕਿਹਨੂੰ ਲਾਉਣਾ ਉੱਥੇ ਕਰਮਵੀਰ ਕਿੱਥੇ ਕਰਮਵੀਰ ਤਿੰਨ ਬਾਲਾ ਵੀ ਦੱਸ ਹੋ ਗਏ ਵਾਹ ਜੀ ਵਾਹ ਬਾਈ ਕਿਵੇਂ ਲੱਗਾ ਪ੍ਰਦਰਸ਼ਨ ਯਾਰ ਵਿਸ਼ਾਲੀ ਉਹਨਾਂ ਦਾ ਤਾੜੀ ਤੂੜੀ ਹੈ ਕੋਈ ਮੁੰਡਿਆਂ ਦੀ ਵਾਹ ਜੀ ਵਾਹ ਕਮਾਲ ਕਰਦੀ ਵਾਹ ਤੁਲਸੀਆ ਯਾਰਾ ਨਹੀਂ ਉੜੀਸਾ ਆਇਆ ਵੀ ਬਾਹਲੀ ਦੂਰੋਂ ਦੱਸਤਾ ਦੁਨੀਆਂ ਨੂੰ ਵੀ ਹੋਇਆ ਕਿਹਦੇ ਕਰਨੇ ਸ਼ਿਕਾਰ ਛੱਡ ਤੇ ਰਫਲਾ ਚਲਾਉਣੀਆਂ ਨੀ ਜੱਟ ਭੁੱਲਿਆ ਇੱਕ ਤੇ ਹੌਲੀ ਹੌਲੀ ਕਰਕੇ ਕੁਰਸੀਆਂ ਦੇ ਨੇੜੇ ਕਰਤਾ ਆਓ ਸਾਹਮਣੇ ਬਣ ਕੀ ਆ ਦੁਨੀਆਂ ਨੂੰ ਪਤਾ ਨਹੀਂ ਲੱਗਿਆ ਨਾ ਹੀ ਚੈਣੇ ਵਾਲੀਆਂ ਨੂੰ ਕੁਝ ਪਤਾ ਲੱਗਿਆ ਵੀ ਆਹ ਬਣ ਕੀ ਹੈ ਨੰਬਰ ਕਹਿੰਦੇ 9 ਜਾਂ 10 ਹੋ ਗਏ ਮੈਨੂੰ ਲੱਗਦਾ ਹੈ ਉਧਰ ਨਜਿੰਦਰ ਦਾ ਜੀ ਲੱਗਣ ਹਟ ਗਿਆ ਰਾਜਵਿੰਦਰਾ ਫੋਨ ਚੱਕ ਲਾ ਉਹਦਾ ਨਾ ਤੇ ਸੁੱਤਾ ਰਾਤ ਦਾ ਤੇ ਨਾ ਉਹਨੇ ਸੌਣ ਦੇਣਾ ਕਿਸੇ ਨੂੰ ਇੱਥੋਂ ਜੇ 19-21 ਹੋ ਗਈ ਤੇ ਉਹਨੇ ਵੀ ਟਰੈਕਟਰ ਦੇ ਨੇੜੇ ਲੱਗਣ ਦੇਣਾ ਉਹਨੇ ਉਹ ਗਰੁੱਪ 'ਚ ਆਊਟ ਕਰ ਦੇਣਾ ਜਿਹਨੇ ਤੁਹਾਨੂੰ ਸਬਸਿਡੀ ਇਕੱਠਿਆਂ ਨੂੰ ਮਿਲਣੀ ਹੈ ਉਹਨੇ ਉਹ ਗਰੁੱਪ 'ਚ ਤੈਨੂੰ ਬਾਹਰ ਕਰਾ ਦੇਣਾ ਜਿਹਨੇ ਸਬਸਿਡੀ ਤੁਸੀਂ ਇਕੱਠਿਆਂ ਨੇ ਭਰੀ ਹੈ ਦੱਸ ਹੋ ਗਏ ਉੱਧਰ ਬਾਈ ਨੰਬਰ ਦੱਸ ਤੋਂ ਇੱਧਰ ਬਸ ਵਾਹ ਜੀ ਵਾਹ ਫਰਕ ਬਹੁਤ ਵੱਡਾ ਪੈ ਗਿਆ ਸੈਮੀ ਮੈਚ ਖੇਡਿਆ ਜਾ ਰਿਹਾ ਹੈ ਰਾਜਸਰ ਦੀ ਟੀਮ ਵੀ ਆ ਗਈ ਹੈ ਮੀਰਪੁਰ ਵਾਲੇ ਵੀ ਆ ਗਏ ਰੈਫਰੀ ਨਹੀਂ ਆਇਆ ਕਰਨੇ ਕਿਹਨੂੰ ਲਾਈਏ ਤੂੰ ਦੱਸ ਸਤੀ ਨੂੰ ਸਾਧ ਨੂੰ ਆਓ ਮੇਰੀ ਜੀ ਕਰਾਓ ਯਾਰ ਇੱਕ ਬੰਦੇ ਦਾ ਮੈਚ ਕਰਾਉਣਾ ਹੀ ਪੈਣਾ ਜਾ ਕਰਾਓ ਭਰਾ ਮੇਰੇ ਹੁਣ ਦੇਖੋ ਟੀਮਾਂ ਖੜੀਆਂ ਪਹਿਲਾਂ ਆਪਾਂ ਟੀਮਾਂ ਨੂੰ ਦੋਸ਼ ਦਿੰਦੇ ਸੀ ਹੁਣ ਆ ਗਏ ਹੁਣ ਆਪਾਂ ਨਹੀਂ ਜਾਂਦੇ 11 ਹੋ ਗਏ 11 ਤੇ 11 ਨੰਦਗੜ੍ਹ ਵਾਲਿਆ ਮਾੜੇ ਫਿਰ ਪੁੱਛ ਕੇ ਨਹੀਂ ਹੁਣ ਦਿੰਦੇ ਆਹ 11 ਦੇ ਉੱਧਰ ਹਾਲੇ ਪਹਿਲਾਂ ਨਹੀਂ ਜੁੜਿਆ ਟੀਮ ਬੇਸ਼ੱਕ ਵੱਡੀ ਹੈ ਚੈਨੇ ਵਾਲੀ ਦੀ ਪਰ ਰੂੜੇ ਵਾਲੀ ਦਾ ਇਸ਼ਾਲਾ ਖੜਾ ਸੈਂਟਰ 'ਚ ਇਹਦੀ 5 ਦੋਵੇਂ ਡਿਊਟੀ ਲੱਗੀ ਹੋਈ ਹੈ ਹਰਿਆਣਾ ਪੁਲਿਸ ਦਾ ਮੁਲਾਜ਼ਮ ਹੈ ਮੁੰਡਾ ਅੱਜ ਚਲਾਨ ਇਕੱਲੇ ਇਕੱਲੇ ਦਾ ਘੱਟਦਾ ਇਸ਼ਾਲਾ ਬਸ ਨਹੀਂ ਉੜੀਸਾ ਮੇਰੀ ਹੈ ਇਸ਼ਾਲਾ ਦੇ ਇਸ਼ਾਲਾ ਹੀ ਹੈ ਤਾੜੀਆਂ ਰੱਜ ਰਹੀਆਂ ਨੇ ਜਿਹੜੇ ਜਿਹੜੇ ਇਸ਼ਾਲੇ ਨੂੰ ਪਿਆਰ ਕਰਦੇ ਕਦੀ ਜ਼ੋਰ ਨਾਲ ਤਾੜੀ ਮਾਰਿਆ ਫਿਰਦੇ ਜੀ ਦਾ ਮਾਣ ਹੈ ਮੁੰਡਾ ਇਹਨਾਂ ਪਿੰਡਾਂ ਦਾ ਮਾਣ ਹੈ ਇਹਨਾਂ ਗਰਾਊਂਡਾਂ 'ਚ ਖੇਡ ਖੇਡ ਕੇ ਕਈ ਨਾਲ ਖੇਡਣ ਲਾਇਆ ਵੀਰ ਸਾਹਿਬ ਨੇ ਆਇਆ ਕਿਸੇ ਗੱਲ ਕਰਕੇ ਹੀ ਹੈ ਐਨ ਧੰਨ ਧੰਨ ਕਰਾ ਛੱਡੀ ਹੈ 12 ਹੋ ਗਏ 13 ਹੋ ਗਏ 12 ਤੇ 18 12 18 ਲਓ ਸਾਹਮਣੇ ਜੀਵਨ ਬਾਹਰ ਨਹੀਂ ਆਉਣਾ ਸੀ 12 ਦੇ 0 ਹੀ ਹੈ ਹਾਲੇ ਇੱਧਰ ਕੰਮ
ਇੱਕ ਨੰਬਰ ਬਾਕੀ ਰਹਿ ਗਿਆ
ਵੀ ਮਾਈ ਆਪਣੀ ਮਾਂ ਸਮਝਾਣਾ, ਬੋਲਣ ਨਾਲ ਨੂੰ ਢੰਗ ਸਿਖਾਣਾ, ਚੜ੍ਹਦੂ ਚੰਦ ਰੇ ਮੈਂ ਬੁਰੀ ਕਰੂੰਗੀ, ਕਰਦੂ ਬੰਦ ਰੇ ਮੈਂ ਬੁਰੀ ਕਰੂੰਗੀ। ਇੱਕ ਨੰਬਰ ਬਾਕੀ ਹੈਗਾ ਆ ਮੱਲੇ ਵਾਲੇ ਵਾਲਾ, ਕੋਈ ਨਾ ਫਿਰ ਕਰ ਲਾ ਵੀ ਰਾਤਾ ਬੜਾ ਪੈਣਾ ਹੈ, ਚਾਂਦੀ ਵਾਲੇ ਨੇ ਉੱਠਣਾ ਨੀ ਤੇ ਵੀਡੀਓ ਪਹਿਲਾਂ ਕੱਟੀ ਜਾਣੀ ਹੈ ਕਿਸੇ ਨਾ ਕਿਸੇ ਪੇਜ ਵਾਲਾ। ਆ ਉੱਤੇ ਚੜ੍ਹ ਕੇ ਬੈਠਣਾ ਲਾਈ ਦੇ ਵੀ ਐਨ ਵਰਿੰਦਰ ਨੇ ਹਾਂ ਇੱਧਰ ਉੱਠਣਾ ਨੀ ਮੈਂ ਜਿਹੜੇ ਪਾਸੋਂ ਤੇ ਵੀਡੀਓ ਪਹਿਲਾਂ ਕੱਟੀ ਜਾਣੀ ਹੈ ਵੀ ਇਹਨਾਂ ਦੀ ਜੀਰੋ ਰਹਿੰਦੀ ਉਹ ਸਤਾਰਾਂ ਕਰਕੇ। ਇੱਕ ਦਾ ਵੇ ਜੋੜਨਾ ਬਾਹਲਾ ਜ਼ਰੂਰੀ ਹੈ, ਬਸਲਾ ਦੇ ਸਾਊਦੀਏ ਵਾਲਿਆ ਹਿੰਡਰਾ ਬਣਿਆ ਹੋਇਆ ਹੈ, ਵਿਸ਼ਾਲਾ ਕਹਿੰਦਾ ਇੱਕ ਦੇਣਾ ਨੀ, ਵਿਸ਼ਾਲਾ ਕਹਿੰਦਾ ਇੱਕ ਨੀ ਦੇਣਾ ਇਹਨਾਂ ਨੂੰ ਇੱਕ ਵੀ, ਇਹ ਭਰਾ ਭਰਾ ਕੇ ਮਾਰਨੇ ਆਪਸ ਚ। ਵਿਸ਼ਾਲਾ ਕਹਿੰਦਾ ਵੀ ਇੱਕ ਨੀ ਦੇਣਾ, ਜਿਹੜਾ ਇੱਕ ਨੰਬਰ ਦੇਗਾ ਉਹਨੂੰ ਐਨ ਦੱਸੂ ਗੱਡੀ ਵੇਲੇ ਜਾ ਕੇ ਪਤਾ ਵੀ ਇੱਕ ਦਿੱਤਾ ਕਿਹੜੇ ਹਿਸਾਬ ਤੇ ਹੈ, ਨੰਬਰ ਇਹ ਕਹਿੰਦਾ ਇੱਕ ਨੀ ਦੇਣਾ। ਆ ਲਾਸਟ ਆ ਗਿਆ, ਇੱਧਰ ਪਹੀਏ ਨੂੰ ਤਰਸੀ ਜਾਂਦੇ ਹੈ, ਇੱਧਰ ਨੰਬਰ 17 ਤੇ ਉਹ ਰਹਿਣ ਫੁੱਲ ਮੌਜਾਂ ਦੇ ਬਾਹਰ ਜਿਤਰੀ ਅਟੀਮ ਉਹਦੇ ਹੱਲ ਹਵਾ ਦਾ।